che evitare di essere così. Non hai cattro così. Non hai mai cattro. Sono in dar. Bene, please, please, vado. Vado, sono dei gare per la mezza crani. Tanto va. Gane, ho un team al tanto che te me già la mezza. Non è vero. Però te la va a me più della sida la gamba. C'è un player in aereo di vetro. ਬੇਨਤੀ ਕਰਦਾ ਜਿਹੜੇ ਵੀਰ ਖੇਡ ਰਹੇ ਨੇ ਪਲੀਜ਼ ਗਰਾਊਂਡ ਤੋਂ ਬਾਹਰ ਰਹਿਣ ਥੋੜਾ ਜਿਹਾ ਪਾਣੀ ਪੀ ਜੀ ਆਪੇ ਪੀ ਲੈਣਗੇ ਕੋਈ ਚੱਕਰ ਨਹੀਂ ਪਾਣੀ ਲਾ ਕੇ ਰੱਖ ਦੋ ਇਹਨਾਂ ਦੇ ਧੰਨਵਾਦ ਸਾਡਾ ਹਾਂ ਪਰ ਕਹਿੰਦੇ ਫੌਜੀ ਵੀ ਕਹਿੰਦੇ ਪਾਈ ਹੋਈ ਰੇਡ ਹੈ ਮੇਰੇ ਉੱਪਰੋਂ ਹਾਂ ਚਾਰ ਨੇ ਚਾਰੇ ਤਿਆਰ ਨੇ ਇਹ ਕਹਿੰਦੇ ਗੱਭਰੂ ਨੂੰ ਕੀਤਾ ਟੱਚ ਫੌਜੀ ਹੈ ਤੇ ਟੁੱਟੀ ਮੱਝੀ ਪਾਣ ਪੁਰਾਣਾ ਵਿੱਚ ਬੀਬੀ ਦੇ ਤਾਰੇ ਕੇ ਫਸਣਾ ਫੌਜੀ ਦੇ ਭਾਵੇਂ ਬੂਟ ਸੜੇ ਨੱਥ ਮਾਰੇ ਇਹ ਕਹਿੰਦੇ ਰੇਡ ਪਾਉਂਦੇ ਲਈ ਕਹਿੰਦੇ ਲਾਭਰੀਦਾ ਮੇਰੇ ਮਿੱਤਰੋ ਅਗਲੀ ਰੇਡ ਪਾਉਂਦੇ ਲਈ ਇਹ ਸਿੰਘ ਸਭਾ ਕਬੱਡੀ ਕਲੱਬ ਦਾ ਗੱਭਰੂ ਨੌਜਵਾਨ ਉਧਰ ਇੱਕ ਕਹਿੰਦੀ ਸਰਵਨ ਤੇ ਇੱਕ ਕਹਿੰਦੀ ਜੈਪਾਲ ਤੇ ਨਾਲ ਕਹਿੰਦੇ ਹੀਰਾ ਉਹ ਕਹਿੰਦੇ ਸਰਵਨ ਨੇ ਕਹਿੰਦੇ ਪਾਲੀ ਜੱਫੀ ਤੇ ਲੱਗ ਗਈ ਕੈਂਚੀ ਤੇ ਲੜ ਗਿਆ ਪੇਚਾ ਪੇਚਾ ਇਹ ਸੋਹਣੇ ਸੱਜਣਾ ਦੇ ਨਾਲ ਇਹ ਲੜ ਗਿਆ ਪੇਚਾ ਇੱਕ ਤਗੜੇ ਅੰਕ ਦਾ ਵਾਧਾ ਕੀਤਾ ਸਰਵਨ ਗੁੱਜਰ ਨੇ ਮੇਰੇ ਮਿੱਤਰੋ ਛੇਤੀ ਕਰ ਸਰਵਨ ਮਿੱਤਰਾ ਅਗਲੀ ਰੇਡ ਪਾਉਂਦੇ ਨੇ ਕਹਿੰਦੇ ਤਾਰੀ ਹੈ ਇਹ ਤਾਰੀ ਕਹਿੰਦੇ ਲਵਾਦਾ ਕਿ ਨਹੀਂ ਤਾਰੀ ਇਹਨਾਂ ਗੱਲ ਸਮੇਂ ਨੇ ਦੱਸਣੀ ਹੈ ਇਹ ਚਾਰ ਨੇ ਇਹ ਤਾਰੀ ਕਹਿੰਦੇ ਚੱਕਰੀ ਵਾਂਗੂ ਘੁਮਾਤੀ ਚੈਨ ਉਹ ਦੇਖੋ ਕਹਿੰਦੇ ਤਾਰੀ ਪਾਉਂਦਾ ਭੰਗੜੇ ਤੇ ਪੈਂਦੇ ਬਿਨਾਂ ਢੋਲ ਤੋਂ ਭੰਗੜੇ ਉਹ ਦੁਨੀਆ ਦੇਖੇ ਖੜ ਖੜ ਕੇ ਉਹ ਰਾਜੇ ਖੇਲੇ ਲਿਖਦਾ ਕੋਕੇ ਚੜ ਚੜ ਕੇ ਰਾਜੇ ਖੇਲੇ ਲਿਖਦਾ ਕੋਕੇ ਚੜ ਚੜ ਕੇ ਇਹ ਮਾਂ ਰੋਹਿਤ ਹੈ ਕਹਿੰਦੇ ਮੇਰੇ ਮਿੱਤਰੋ ਇਹ ਰੋਹਿਤ ਮਾਹੀ ਹੈ ਕਹਿੰਦੇ ਰੋਹਿਤ ਦੀ ਪਾਈ ਹੋਈ ਰੇਡ ਤੇ ਇਸ ਦੁਨੀਆ ਤੇ ਰੋਜ ਨਹੀਂ ਆਣਾ ਮਨ ਨੂੰ ਇਹ ਸਮਝ ਆ ਰਿਹਾ ਫਿਰਲੇ ਪੁੱਤ ਜੰਮਦੀਆਂ ਮਾਵਾਂ ਵਾਜਾ ਖਾਨੇ ਵਾਲੇ ਫਿਰਲੇ ਪੁੱਤ ਜੰਮਦੀਆਂ ਮਾਵਾਂ ਅੱਜ ਮਹਾਨ ਖਿਡਾਰੀ ਹਰਜੀਤ ਕਹਿੰਦੇ ਫਰਾਰ ਕਹਿੰਦੇ ਦੁਨੀਆ ਦਾ ਕਹਿੰਦੇ ਸੁਪਰ ਸਟਾਰ ਖਿਡਾਰੀ ਰਿਹਾ ਜਿਹੜਾ ਕਿ ਰਹਿੰਦੀ ਦੁਨੀਆ ਤੱਕ ਜਾ ਰਿਹਾ ਉਹ ਕਹਿੰਦੇ ਸਰਵਣ ਹੈ ਸਮਾਂ ਬੀਤ ਗਿਆ ਕਹਿੰਦੇ ਪੁਆਇੰਟ ਕਹਿੰਦੇ ਸਰਬੱਤ ਦਾ ਭਲਾ ਖੜਾ ਨਹੀਂ ਦੇ ਖਾਤੇ ਦੇ ਵਿੱਚ ਜ਼ੋਰ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਇਹ ਹੈ ਮੇਰੇ ਮਿੱਤਰੋ ਲੈਂਬਰ ਹੈ ਕਹਿੰਦੇ ਕਿ ਅੰਮ੍ਰਿਤ ਸਰਵਲ ਜਾਂਦੇ ਰਹੀਓ ਜਾਣਾ ਗੁਰੂ ਤੁਹਾਰੇ ਜੀ ਹਰੀ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ ਉਧਰ ਭੋਮਾ ਬਾਂਡ ਵੀ ਕਹਿੰਦੇ ਕਲੀਜੀਆ ਤੋਂ ਮੈਚ ਦੇਖਣ ਲਈ ਪੁੱਜਾ ਇਹ ਕਹਿੰਦੇ ਲੈਂਬਰ ਹੈ ਇਹ ਕਹਿੰਦੇ ਫੋਟੋ ਸ਼ੇਰ ਦੀ ਦੁਆਰੇ ਦੇਖਣ ਵਾਈ ਫਿਰਦਾ ਇੱਕ ਗੱਭਰੂ ਟਾਪ ਦਾ ਕਿ ਤੇਰੀ ਫੋਟੋ ਕਿਉਂ ਨਹੀਂ ਭੋਗ ਦੱਸਿਆ ਲੱਗਦੀ ਨੋਟਾਂ ਤੇ ਦੋਨੇ ਕਹਿੰਦੇ ਡਾਲਿਆਂ ਦੇ ਟੈਟੂ ਬਣਾਇਆ ਇਹ ਗਈ ਤਾਂ ਕਹਿੰਦੇ ਚਹੇਤਾ ਤੇ ਪੁਰਾਣਾ ਖਿਡਾਰੀ ਹੈ ਅਗਲੀ ਰੇਡ ਪਾਉਂਦੇ ਲਈ ਇਹ ਹੈ ਮੇਰੇ ਮਿੱਤਰੋ ਇਹ ਕਹਿੰਦੇ ਮੁੰਡੇ ਨੂੰ ਡਿਪਟੀ ਕਹਿੰਦੇ ਆ ਇਹ ਕਹਿੰਦੇ ਸਦੁਸ਼ਮੇਸ਼ ਕਬੱਡੀ ਕਲੱਬ ਦਾ ਖਿਡਾਰੀ ਕਹਿੰਦੇ ਹੁਣੇ ਇੰਡੀਆ ਤੋਂ ਥੋੜਾ ਸਮਾਂ ਆਇਆ ਇਹ ਹੁਣੇ ਹੁਣੇ ਆਇਆ ਪੰਜਾਬ ਤੋਂ ਇਹ ਹੌਲੀ ਹੌਲੀ ਕਰਾਂਗੇ ਤਰੱਕੀਆਂ ਕਹਿੰਦੇ ਸਰੀਰ ਹੌਲਾ ਹੈ ਪਰ ਜਿਗਰਾ ਕਹਿੰਦੇ ਵੱਡਾ ਹੈ ਸ਼ੇਰ ਵਾਲਾ ਹੈ ਇਹ ਆ ਕਹਿੰਦੇ ਮੇਰੇ ਮਿੱਤਰੋ ਦੂਸਰੀਆਂ ਟੀਮਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਨਾ ਬੋਲਦੇ ਜੀ ਦੂਜੀ ਟੀਮ ਵਾਲੇ ਬਾਜੀ ਦੱਸਿਓ ਨਾਮ ਆਜ਼ਾਦ ਕਲੱਬ ਆਜ਼ਾਦ ਕਲੱਬ ਸੀਮਾਧਾਰੀ ਉਹਨਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ ਵਰਸਿਸ ਮਘਾਰੇ ਵਾਲੀ ਟੀਮ ਜਿਹੜੀ ਆ ਉਹਨਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ ਹਾਫ ਟਾਈਮ ਦੇ ਵਿੱਚ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਜਲਦੀ ਟਾਈਮ ਦੇ ਨਾਲ ਸਮਾਪਤੀ ਕੀਤੀ ਜਾ ਸਕੇ ਪਵਨ ਜੀ ਕਰੋ ਗੱਲ ਨਾ ਵੀ ਇਹ ਕਹਿੰਦੇ ਅਗਲੀ ਰੇਡ ਪਾਉਂਦੇ ਨੇ ਕਹਿੰਦੇ ਇਸ ਖਸ਼ਮੇਸ਼ ਕਬੱਡੀ ਕਲੱਬ ਦਾ ਗੱਭਰੂ ਨੌਜਵਾਨ ਕਹਿੰਦੇ ਲੱਭਣੀ ਤੈ ਮੇਰੇ ਮਿੱਤਰੋ ਉਧਰ ਚਾਰ ਨੇ ਚਾਰੇ ਤਿਆਰ ਨੇ ਇੱਕ ਕਹਿੰਦੀ ਚੈਜੀ ਇੱਕ ਕਹਿੰਦੀ ਕਹਿੰਦੇ ਹੀਰਾ ਹੈ ਮੇਰੇ ਮਿੱਤਰੋ ਹੀਰਾ ਤਾਂ ਕਹਿੰਦੇ ਉੱਥੇ ਹੀ ਬਹੁਤ ਮਹਿੰਗਾ ਹੈ ਪਰ ਰੋਹਿਤ ਨੇ ਰਾਮ ਨੇ ਕਹਿੰਦੇ ਹੀਰੇ ਨੂੰ ਟੱਚ ਕੀਤਾ ਹੀਰੇ ਨੂੰ ਟੱਚ ਕੀਤਾ ਤੇ ਇੱਕ ਤਗੜੇ ਅੰਕ ਦਾ ਵਾਧਾ ਕੀਤਾ ਇਹ ਹੈ ਕਹਿੰਦੇ ਲਾਭਰੀ ਦਾ ਕਹਿੰਦੇ ਪਿਆਰ ਨਾਲ ਲਾਭਰੋ ਕਹਿੰਦੇ ਆ ਅਗਲੀ ਰੇਡ ਪਾਉਂਦੇ ਲਈ ਮੇਰੇ ਮਿੱਤਰੋ ਇਹ ਹੈ ਤਾਰੀ ਹੈ ਕਹਿੰਦੇ ਤਾਰੀ ਦੀ ਕਹਿੰਦੇ ਪਾਈ ਹੋਈ ਰੇਡ ਖਿਲਾਰੀਆਂ ਹੋਈਆਂ ਬਾਹਾਂ ਕਹਿੰਦੇ ਚੱਕਰੀ ਵਾਂਗੂ ਘੁੰਮਦੀ ਹੋਈ ਚੈਨ ਚਾਰ ਨੇ ਚਾਰੇ ਤਿਆਰ ਨੇ ਇਹ ਕਹਿੰਦੇ ਮੁੰਡਾ ਹਨੀ ਹੈ ਪਰ ਪੁਆਇੰਟ ਕਹਿੰਦੇ ਤਾਰੀ ਦਾ ਹੈ ਅਗਲੀ ਰੇਡ ਪਾਉਂਦੇ ਲਈ ਇਹ ਕਹਿੰਦੇ ਰੋਹਿਤ ਹੈ ਮੇਰੇ ਮਿੱਤਰੋ ਇਹ ਮੁੰਡੇ ਦੀ ਕਹਿੰਦੇ ਉਮਰ 20 21 ਸਾਲ ਦੀ ਹੈ
ਇਸ ਸੀਜ਼ਨ ਕਹਿੰਦੇ ਕਬੱਡੀ ਸ਼ੁਰੂ ਕੀਤੀ ਹੈ ਖੇਡਣੀ, ਆਉਣ ਵਾਲੇ ਸਮੇਂ 'ਚ ਕਹਿੰਦੇ ਆਉਣ ਵਾਲੇ ਸਮੇਂ 'ਤੇ ਮਿਹਨਤ ਕਰਕੇ ਚੰਗਾ ਖਿਡਾਰੀ ਬਣੂਗਾ। ਉੱਧਰ ਕਹਿੰਦੇ ਜੱਜੀ ਨੇ ਕਹਿੰਦੇ ਫੜ ਲਿਆ ਰੋਹਿਤ, ਇਹਨੂੰ ਕਹਿੰਦੇ ਉੱਪਰ ਬੈਠ ਗਿਆ, ਰੋਹਿਤ ਵੀ ਕਹਿੰਦੇ ਪੂਰਾ ਜ਼ੋਰ ਮਾਰਦਾ, ਟੱਕਰ ਕਹਿੰਦੇ ਸਿਰੇ ਦੀ ਹੈ, ਲੱਗਾ ਹੋਇਆ ਜ਼ੋਰ, ਬੱਲੇ 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 ਹੋਈ ਪਈ ਹੈ ਮੇਰੇ ਮਿੱਤਰੋ, ਬੱਲ ਕਹਿੰਦੇ ਸਮੇਂ ਦੇ ਪੱਪੇ ਦੀ ਕਹਿੰਦੇ ਉੱਪਰ ਖੜੀ ਹੈ, ਇਹ ਪੁਆਇੰਟ ਕਹਿੰਦੇ ਜਾਫੀ ਦਾ ਹੈ, ਪੁਆਇੰਟ ਕਹਿੰਦੇ ਜਾਫੀ ਦਾ ਹੈ, ਪੁਆਇੰਟ ਕਹਿੰਦੇ ਜਾਫੀ ਦਾ ਹੈ। ਉਹ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ, ਇਹ ਕਹਿੰਦੇ ਲੈਂਬਰ ਹੈ, ਲੈਂਬਰ ਕਹਿੰਦੇ ਸਾਧੂ ਨੰਗਲ ਵਾਲਾ, ਕਹਿੰਦੇ ਗਰੀਸ ਦਾ ਕਹਿੰਦੇ ਪੁਰਾਣਾ ਖਿਡਾਰੀ ਹੈ, ਕਿ ਨਵਾਂ 9 ਦਿਨ ਇਹ ਪੁਰਾਣਾ ਕਹਿੰਦੇ 100 ਦਿਨ ਹੈ, ਇਹ ਕਹਿੰਦੇ ਖੁੰਡ ਨੇ ਕਹਿੰਦੇ ਮੇਜਰ ਦੇ ਲੈਂਬਰ, ਕਹਿੰਦੇ ਗਰੀਸ ਦੇ ਪੁਰਾਣੇ ਖਿਡਾਰੀ ਨੇ, ਉਹ ਕਹਿੰਦੇ ਬੈਟ ਨਾ ਬੱਲੇ ਦੀ, ਇਹ ਖੇਡ ਕੱਲੇ ਨਾਲ ਕੱਲੇ ਦੀ, ਇਹ ਖੇਡ ਕੱਲੇ ਨਾਲ ਕੱਲੇ ਦੀ, ਇਹ ਕੱਲੇ ਨੂੰ ਨਾ ਕੱਲੀ ਟੱਕਰੀ, ਕੱਲੇ ਨਾਲ ਕੱਲਾ। ਹੈਲੋ ਪਵਨ ਜੀ, ਇੱਕ ਜ਼ਰੂਰੀ ਬੇਨਤੀ ਹੈ, ਸੀਮਾ ਤੱਕ ਸੀਮਾ ਧਾਰੀ ਤੋਂ ਸਰਦਾਰ ਗੁਰਜੀਤ ਸਿੰਘ, ਉਹਨਾਂ ਦਾ ਬੇਟਾ ਰਣਵੀਰ ਸਿੰਘ ਉਹਨਾਂ ਨੂੰ ਲੱਭ ਰਿਹਾ, ਸਟੇਜ ਦੇ ਉੱਤੇ ਆ ਸਾਡੇ ਕੋਲ, ਉਹ ਲੱਭ ਰਿਹਾ ਗੁਰਜੀਤ ਸਿੰਘ ਦਾ ਬੇਟਾ ਰਣਵੀਰ ਸਿੰਘ ਸੀਮਾ ਧਾਰੀ ਤੋਂ, ਪਲੀਜ਼ ਆਣ ਕੇ ਉਹਨਾਂ ਦੇ ਨਾਲ ਰਾਬਤਾ ਕਰੋ, ਮਿਹਰਬਾਨੀ। ਸ਼ਾਂਤੀ ਹੋ ਗਈ, ਕੀ ਗੱਲ ਆ? ਲਿੰਕ ਦੇਣਾ ਸੀ, ਕਹਿੰਦੇ ਕੈਨੇਡਾ ਤੋਂ ਮੁੰਡੇ ਲਾਈਵ ਦੇਖਣਾ ਚਾਹੁੰਦੇ ਆ, ਸੋ ਲਿੰਕ ਹੈ ਕਿ ਰਾਏ ਫਿਲਮ ਪ੍ਰੋਡਕਸ਼ਨ ਦਾ ਪੇਜ ਹੈ, ਸੋ ਜਿਸ ਮੇਰੇ ਵੀਰ ਨੇ ਇਸ ਮੈਚ ਨੂੰ ਲਾਈਵ ਦੇਖਣਾ ਤੇ ਫੇਸਬੁੱਕ ਤੇ ਜਾ ਕੇ ਰਾਏ ਫਿਲਮ ਪ੍ਰੋਡਕਸ਼ਨ ਦੇ ਪੇਜ ਤੇ ਲਾਈਕ ਕਰਕੇ ਦੇਖ ਸਕਦੇ ਆ। ਅਗਲੀ ਰੇਡ ਪਾਉਣ ਦੇ ਲਈ ਇਹ ਕਹਿੰਦੇ ਲਵਪ੍ਰੀਤ ਹੈ, ਇੱਕ ਕਨੀ ਕਹਿੰਦੇ ਸੇਠੀ ਹੈ, ਇੱਕ ਕਨੀ ਕਹਿੰਦੇ ਹੀਰਾ ਗੁਰਦਾਸਪੁਰੀ ਹੈ, ਇਹ ਕਹਿੰਦੇ ਸੇਠੀ ਨੇ ਕਹਿੰਦੇ ਲੱਤਾਂ ਫੜ ਲਈਆਂ, ਇਹ ਕਹਿੰਦੇ ਲੱਖ ਨੂੰ ਕਹਿੰਦੇ ਕੜਾਵਾ ਭਰ ਲਿਆ, ਲੱਗਦਾ ਹੋਇਆ ਜ਼ੋਰ ਦੋਨੇ ਖਿਡਾਰੀਆਂ ਦਾ, ਪੁਆਇੰਟ ਕਹਿੰਦੇ ਸੇਠੀ ਕਹਿੰਦੇ ਕਰਨੀ ਦੇ ਖਾਤੇ ਦੇ ਵਿੱਚ ਮੇਰੇ ਮਿੱਤਰੋ ਜੋੜਦਾ ਹੋਇਆ। ਅਗਲੀ ਰੇਡ ਪਾਉਣ ਦੇ ਲਈ ਇਹ ਹੈ ਮੇਰੇ ਮਿੱਤਰੋ ਤਾਰੀ ਹੈ, ਇਹ ਤਾਰੀ ਹੈ, ਤਾਰੀ ਦੀ ਪਾਈ ਹੋਈ ਰੇਡ, ਪੱਲੇ ਪੱਲੇ ਪੱਪਾਂ ਦੇ ਨਾਲ ਕਹਿੰਦੇ ਆ ਜਾਂਦਾ, ਜਿਵੇਂ ਗਰਾਉਂਡ ਦੀਆਂ ਕਰਮਾਂ ਨਾਪਦਾ ਹੋਵੇ, ਇਹ ਚਾਰ ਨੇ, ਚਾਰੇ ਤਿਆਰ ਨੇ, ਉੱਧਰ ਟੱਚ ਕਰਕੇ ਹਲਕਾ ਜਿਹਾ ਕੇ ਕਹਿੰਦੇ ਪੁਆਇੰਟ ਕਹਿੰਦੇ ਸਰਬੱਤ ਦਾ ਭਲਾ ਕਰਨ ਜੀ ਦੇ ਖਾਤੇ ਦੇ ਵਿੱਚ ਜੋੜ ਦਿੱਤਾ। ਅਗਲੀ ਰੇਡ ਪਾਉਂਦੇ ਨਹੀਂ ਕਹਿੰਦੇ ਰੋਹਿਤ ਹੈ ਮੇਰੇ ਮਿੱਤਰੋ, ਕਿ ਇਸ ਦੁਨੀਆ ਤੋਂ ਰੋਜ਼ ਨਹੀਂ ਆਉਣਾ, ਮਨ ਨੂੰ ਇਹ ਸਮਝਾ ਲੈ, ਫਿਰਲੇ ਪੁੱਤ ਜੰਮ ਦੀਆਂ ਮਾਵਾਂ, ਫਾਜਾ ਖਾਨੇ ਵਾਲੇ ਕੇ ਕਹਿੰਦਾ ਤੀਰ ਕਵਾਨੋ ਖੁਦ ਜੇ, ਕਹਿੰਦੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜੋ ਪਹਿਲਾਂ ਕਰਜਾ ਬਾਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜੋ ਪਹਿਲਾਂ ਕਰਜਾ ਬਾਰ। ਉਹ ਕਹਿੰਦੇ ਹੀਰੇ ਨੇ ਟੱਚ ਕੀਤਾ ਤੇ ਇੱਕ ਤਗੜੇ ਅੰਕ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ, ਹਾਫ ਸਮਾਂ। ਇਹ ਹੀਰਾ ਗੁਰਦਾਸਪੁਰੀ ਆ ਵਡਾਲੇ ਗ੍ਰੰਥੀਆਂ ਦਾ, ਸੁਰਗਵਾਸੀ ਸਰਦਾਰ ਮਾਸਟਰ ਸਿੰਘ, ਮਾਸਟਰ ਮੰਗਲ ਸਿੰਘ ਜੀ ਉਹਨਾਂ ਦਾ ਭਤੀਜਾ, ਮੇਰੇ ਯਾਰ ਜਰਮਨ ਆਸਟ੍ਰੇਲੀਆ ਵਾਲੇ ਦਾ ਕਜ਼ਨ ਬ੍ਰਦਰ ਆ ਹੀਰਾ, ਹੀਰਾ ਗੁਰਦਾਸਪੁਰੀਆ ਵਡਾਲਾ ਗ੍ਰੰਥੀਆਂ ਤੋਂ। ਸਾਨੂੰ ਮਾਣ ਦੋਸਤਾਂ ਤੇ ਸਾਡੀ ਹੁਣ ਜਾਰੀ ਦੇ ਚਰਚੇ, ਰਾਜੇ ਖੇਲੇ ਸੌ ਰੱਬ ਦੀ, ਸੱਚੇ ਯਾਰ ਜਾਂਦੇ ਨਹੀਂ ਪਰਖੇ। ਪਵਨ ਜੀ, ਯਾਰੀ ਸਾਡੀ ਕਿੱਲ ਵਰਗੀ, ਜਿੱਥੇ ਮਰਜ਼ੀ ਗੱਡਦੀ ਜਾ। ਹਾਂਜੀ ਵਾਹ, ਹਾਂਜੀ, ਪੁਆਇੰਟਾਂ ਦਾ ਜੇ ਵੇਰਵਾ ਸਾਡੇ ਦੱਸਿਓ ਕੁਲਦੀਪ ਜੀ, ਕਿ ਜਿਹੜਾ ਮੈਚ ਹੋਇਆ ਹਾਫ ਸਮੇਂ ਦੇ ਸਕੋਰ ਬੋਲਿਓ ਜਰਾ। ਹਾਂਜੀ ਕਾਲੋ ਸਾਹਿਬ, ਸਕੋਰਾਂ ਦਾ ਵੇਰਵਾ ਇਸ ਪ੍ਰਕਾਰ ਹੈ, ਸਰਬੱਤ ਦਾ ਭਲਾ ਕਰਾਨੀਧੀ ਦੇ 12, ਦਸ਼ਮੇਸ਼ ਕਲੱਬ ਮਾਰਾਥੋਨਾਂ ਦੇ 4, ਸਰਬੱਤ ਦਾ ਭਲਾ ਕਰਾਨੀਧੀ ਦੇ 12 ਤੇ ਦਸ਼ਮੇਸ਼ ਕਲੱਬ ਮਾਰਾਥੋਨਾਂ ਦੇ 4, ਸਾਢੇ ਚਾਰ ਨੋਟ ਕੀਤੇ ਜਾਣ, ਸੋਰੀ। ਦਰਸ਼ਕ ਵੀਰਾਂ ਨੂੰ ਬੇਨਤੀ ਹੈ, ਜੇ ਮੈਚਾਂ ਦਾ ਆਨੰਦ ਆ ਰਿਹਾ ਤੇ ਇੱਕ ਵਾਰੀ ਤਾੜੀ ਮਾਰ ਕੇ ਸਾਡਾ ਵੀ ਹੌਸਲਾ ਵਧਾਈ ਕਰ ਦਿਓ, ਤਾੜੀ ਇੱਕ ਵਾਰੀ। ਧੰਨਵਾਦ ਆ ਆਪ ਸਭ ਦਾ, ਸਾਰੇ ਇਲਾਕੇ ਦਾ, ਸਾਰਿਆਂ ਦਾ, ਜਿਨ੍ਹਾਂ ਨੇ ਪੈਸੇ ਦੇ ਪੱਖੋਂ ਵੀ ਸਾਡਾ ਬਹੁਤ ਵੱਡਾ ਯੋਗਦਾਨ ਦਿੱਤਾ। ਅੱਜ ਦੀ ਜਿਹੜੀ ਤੁਹਾਡੀ ਹਾਜ਼ਰੀ ਆ, ਇਹ ਪੈਸਿਆਂ ਤੋਂ ਵੀ ਵੱਡੀ ਆ, ਅਸੀਂ ਬਹੁਤ ਹੀ ਰਿਣੀ ਆਪ ਸਭ ਦੇ। ਦੂਸਰੀਆਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ, ਦੂਸਰੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ। ਹਾਂਜੀ ਕੁਲਦੀਪ ਜੀ, ਅੱਜ ਦੇ ਕਹਿੰਦੇ ਗਰੀਸ ਦੇ ਇਤਿਹਾਸ ਦੇ ਵਿੱਚ ਕਬੱਡੀ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਕਬੱਡੀ ਬੰਪਰ ਕੱਢਿਆ ਜਾਣਾ ਹੈ, ਸੋ ਸਾਰੇ ਹੀ ਵੀਰਾਂ ਨੇ ਕਹਿੰਦੇ ਚੰਗੀਆਂ ਲੈਟਰੀਆਂ ਕਹਿੰਦੇ ਉੱਥੇ ਵੀ ਟੋਕਨ ਕਹਿੰਦੇ ਲਏ ਆ,
ਫੌਜ ਕਹਿੰਦੇ ਗਰੀਸ ਦੀ ਧਰਤੀ ਤੇ ਇਹਨੂੰ ਫੀਤੇ ਦੇ ਕਹਿੰਦੇ ਟੂਰਨਾਮੈਂਟ ਦੇ ਕਹਿੰਦੇ ਕਬੱਡੀ ਬਾਂਬਰ ਵੀ ਕੱਢਿਆ ਜਾਣਾ। ਦੇਖਦੇ ਅੱਜ ਕੌਣ ਕਹਿੰਦੇ ਐਲਸੀਡੀ ਲੈ ਕੇ ਜਾਂਦਾ, ਇਹ ਤਾਂ ਸਮੇਂ ਦੀ ਗੱਲ ਹੋਣੀ ਹੈ, ਇਹ ਤਾਂ ਸਮੇਂ ਦੀ ਗੱਲ ਹੋਣੀ ਹੈ। ਪਵਨ ਜੀ ਇਹਨੂੰ ਲੱਕ ਕਹਿੰਦੇ ਆ, ਲੱਕ ਕਿਸਮਤ, ਜਿਹਦੀ ਕਿਸਮਤ ਦੇ ਵਿੱਚ ਹੋਇਆ ਉਹਨੇ ਲੈ ਜਾਣਾ ਮਿੱਤਰਾ। ਗੁਰਵਿੰਦਰ ਸਿੰਘ ਜੀ ਸਾਡੇ ਉਹ ਵੀਰ ਸੈਕਟਰੀ ਸਾਹਿਬ ਆਏ ਨੇ ਕਰਾਨੀ ਦੀ ਤੋਂ ਲੈਂਬਰ ਨੂੰ ਮਿਲਣ। ਅਗਲੀ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ, ਇਹ ਕਹਿੰਦੇ ਡਿਪਟੀ ਹੈ ਮੁੰਡੇ ਦਾ, ਕਹਿੰਦੇ ਸਰੀਰ ਹੌਲਾ ਪਰ ਚੁਸਤੀ ਫੁਰਤੀ, ਕਹਿੰਦੇ ਜਿਗਰਾ ਕਹਿੰਦੇ ਸ਼ੇਰ ਵਾਲਾ ਹੈ, ਜਿਗਰਾ ਕਹਿੰਦੇ ਦਲੇਰੀ ਹੈ। ਇਹ ਕਹਿੰਦੇ ਰੱਖ ਹੌਸਲਾ ਨੀ ਬਿੱਲੋ, ਰੱਖ ਹੌਸਲਾ, ਦੇਖ ਲੂਗਾ ਯਾਰ ਤੇਰਾ ਕੱਲੇ ਕੱਲੇ ਨੂੰ। ਉਧਰ ਕਹਿੰਦੇ ਸੇਠੀ ਹੈ, ਇਧਰ ਕਹਿੰਦੇ ਡਿਪਟੀ ਹੈ, ਇਹ ਕਹਿੰਦੇ ਸੱਤੇ ਦਾ ਕਹਿੰਦੇ ਬੱਚਾ ਹੈ। ਸਮਾਂ ਬੀਤ ਗਿਆ, ਇਹ ਸਮਾਂ ਕਹਿੰਦੇ ਬੜਾ ਬਲਵਾਨ ਹੈ। ਪੁਆਇੰਟ ਕਹਿੰਦੇ ਸਰਬੱਤ ਦਾ ਭਲਾ ਕਰਨ ਦੇ ਖਾਤੇ ਦੇ ਵਿੱਚ। ਅਗਲੀ ਰੇਡ ਪਾਉਣ ਦੇ ਲਈ ਇਹ ਹੈ ਕਹਿੰਦੇ ਮੇਰੇ ਮਿੱਤਰੋ, ਇਹ ਹੈ ਲੈਬਰ ਕਹਿੰਦੇ ਸਾਧੂ ਨਗਰੀਆ, ਅੰਮ੍ਰਿਤਸਰ ਦੀ ਧਰਤੀ ਹੈ, ਅੰਮ੍ਰਿਤਸਰ ਦਾ ਕਹਿੰਦੇ ਏਰੀਆ ਹੈ। ਇਹ ਲੈਬਰ ਮੇਰੇ ਮਿੱਤਰੋ ਸਰਬੱਤ ਦਾ ਭਲਾ ਕਰਨ ਦੀ ਤਾਂ ਕਬੱਡੀ ਖਿਡਾਰੀ ਹੈ, ਇਹ ਕਹਿੰਦੇ ਬੜਾ ਕਹਿੰਦੇ ਪੁਰਾਣਾ ਖਿਡਾਰੀ ਹੈ, ਇਹ ਹੈ ਲੈਬਰ, ਲੈਬਰ ਕਹਿੰਦੇ ਲੈਬਰ ਹੈ, ਲੈਬਰ ਦਾ ਕਹਿੰਦੇ ਲੈਬਰ ਹੈ ਮੇਰੇ ਮਿੱਤਰੋ। ਅਗਲੀ ਰੇਡ ਪਾਉਣ ਦੇ ਲਈ ਇਹ ਕਹਿੰਦੇ ਲਾਪਰੀ ਦਾ, ਲਾਪਰੀ ਦੀ ਕਹਿੰਦੇ ਪਈ ਹੋਈ ਰੇਡ। ਉਧਰ ਕਹਿੰਦੇ ਚਾਰ ਨੇ, ਚਾਰੇ ਹੀ ਬਿਲਕੁਲ ਤਿਆਰ ਨੇ, ਉਹ ਕਹਿੰਦੇ ਹੀਰਾ ਵੀ ਕਹਿੰਦੇ ਤੱਕਦਾ ਹੈ ਤੇ ਜੈਜੀ ਵੀ ਕਹਿੰਦੇ ਤੱਕਦਾ ਹੈ, ਤੇ ਗੱਲ ਤਾਂ ਕਹਿੰਦੇ ਫਿਰ ਸਮੇਂ ਨੇ ਦੱਸਣੀ ਹੈ। ਇਹ ਗੱਲ ਤਾਂ ਕਹਿੰਦੇ ਲਵਪ੍ਰੀਤ ਕਹਿੰਦੇ ਮਾਰਦਾ ਦੋਜਾ, ਕਹਿੰਦੇ ਇੱਧਰ ਤੇ ਕਹਿੰਦੇ ਖੱਬੇ ਤੇ ਕਹਿੰਦੇ ਸੱਜੇ, ਪਰ ਪੁਆਇੰਟ ਕਹਿੰਦੇ ਲਵਪ੍ਰੀਤ ਦਾ ਹੈ। ਇਹ ਵੀ ਕਹਿੰਦੇ ਮੁੰਡੇ ਨੇ ਹੁਣੇ ਖੇਡਣੀ ਸ਼ੁਰੂ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤ ਕਰਕੇ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ, ਗ੍ਰੀਸ ਦੀਆਂ ਗਰਾਊਂਡਾਂ ਦੇ ਵਿੱਚ ਆਪਣੇ ਚੌੜ ਦਿਖਾਊਗਾ। ਉਹ ਤਾਂ ਸਾਡੇ ਹੈਪੀ ਬਾਈ ਜੀ ਮੈਰਾਥਨ ਵਾਲੇ ਵੀ ਮੈਚਾਂ ਦਾ ਆਨੰਦ ਮਾਣਦੇ ਆ, ਔਰ ਸਾਰੇ ਜਿੰਨੇ ਵੀ ਵੀਰ ਸਾਡੇ ਇੱਥੇ ਪੁੱਜੇ ਆ, ਧੰਨਾ ਧੰਨਾ ਵੀ ਬੈਠ ਕੇ ਕਹਿੰਦੇ ਮੈਚਾਂ ਨੂੰ ਦੇਖਦਾ ਆ, ਅੱਜ ਸਟੈਮਨੋ ਵਾਲਾ, ਹੋਰ ਵੀ ਸਾਡੇ ਵੀਰ ਥੀਵੇ ਤੋਂ। ਔਰ ਅਗਲੀ ਰੇਡ ਪਾਉਣ ਦੇ ਲਈ ਇਹ ਹੈ ਤਾਰੀ, ਤਾਰੀ ਹੈ ਪਰ ਪੁਆਇੰਟ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ। ਅਗਲੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਕਿ ਅਗਲੀਆਂ ਦੋਨੇ ਟੀਮਾਂ ਆਜ਼ਾਦ ਕਬੱਡੀ ਕਲੱਬ ਸੀਮਾ ਧਾਰੀ ਵਸਜ ਮਗਾਰਾ ਸਪੋਰਟਸ ਕਲੱਬ ਮਗਾਰੇ ਦੀ ਟੀਮ, ਇਹ ਦੋਨੇ ਟੀਮਾਂ ਲਓ ਜੀ ਸਾਡੇ ਕੋਲ ਆਜ਼ਾਦ ਕਬੱਡੀ ਕਲੱਬ ਸੀਮਾ ਧਾਰੀ ਦੀ ਟੀਮ ਪੁੱਜ ਗਈ ਆ, ਔਰ ਮਗਾਰਾ ਸਪੋਰਟਸ ਕਲੱਬ ਉਸ ਟੀਮ ਨੂੰ ਬੇਨਤੀ ਕਰਦੇ ਕਿ ਪੁੱਜਣ। ਇੱਕ ਤਕੜੇ ਅੰਕ ਦਾ ਵਾਧਾ ਕੀਤਾ ਮੇਰੇ ਮਿੱਤਰੋ, ਇਹ ਹੈ ਰੋਹਿਤ ਮਾਹੀ ਸਾਡੇ ਗਰੀਬ ਦਾਸ ਜੀ ਦਾ ਸਪੁੱਤਰ, ਇਹ ਰੋਹਿਤ ਹੈ ਕਹਿੰਦੇ ਰੋਹਿਤ। ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਇਹ ਹੈ ਫੌਜੀ ਹੈ ਮੇਰੇ ਮਿੱਤਰੋ, ਫੌਜੀ ਹੈ ਕਹਿੰਦੇ ਖਾਰੀਆਂ ਹੋਈਆਂ ਬਾਹਾਂ ਮੋਹਿੰਦੀਨ, ਕਹਿੰਦੇ ਪਿਆਰ ਨਾਲ ਫੌਜੀ ਕਹਿੰਦੇ ਆ ਕਿ ਜੱਟ ਟਰੱਕ ਡਰਾਈਵਰ ਕਹਿੰਦੇ ਵਿਹਲੇ ਰਹਿੰਦੇ ਨਾ, ਭੁੱਖਾ ਹੋਵੇ ਸਾਧ ਬਹੁਤਾ ਚਿਰ ਚੇਲੇ ਰਹਿੰਦੇ ਨਾ, ਕਿ ਭੁੱਖਾ ਹੋਵੇ ਸਾਧ ਬਹੁਤਾ ਚਿਰ ਚੇਲੇ ਰਹਿੰਦੇ ਨਾ, ਕਹਿੰਦੇ ਜਦੋਂ ਵੱਜਦੀਆਂ ਤਾੜੀਆਂ ਵਿੱਚ ਮੈਦਾਨ ਦੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ, ਦੁਨੀਆ ਪੂਜਦੀ ਯੋਧਿਆਂ ਨੂੰ, ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ, ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ। ਕਹਿੰਦੇ ਪੁਆਇੰਟ ਕਹਿੰਦੇ ਦਸ਼ਮੇਸ਼ ਕਬੱਡੀ ਕਲੱਬ ਦਾ ਕਹਿੰਦੇ ਸਭ ਨੂੰ ਨੌਜਵਾਨ ਅੰਕ ਦਾ ਵਾਧਾ ਕਰਦਾ। ਅਗਲੀ ਰੇਡ ਪਾਉਣ ਦੇ ਲਈ ਇਹ ਕਹਿੰਦੇ ਮੇਰੇ ਮਿੱਤਰੋ, ਇਹ ਹੈ ਲੈਂਬਰ, ਲੈਂਬਰ ਕਹਿੰਦੇ ਲੈਂਬਰ ਦੀ ਕਹਿੰਦੇ ਪਾਈ ਹੋਈ ਰੇਡ, ਉਹ ਦੇਖ ਕਹਿੰਦੇ ਸਿੱਧਾ ਕਹਿੰਦੇ ਜਿੰਨਾ ਨਿੱਕਾ ਓਨਾ ਹੀ ਤਿੱਖਾ, ਪਰ ਪੁਆਇੰਟ ਕਹਿੰਦੇ ਸਰਬੱਤ ਦਾ ਭਲਾ ਕਰਾਂ ਦੀ ਦੇ ਖਾਤੇ ਦੇ ਵਿੱਚ ਜੋੜ ਦਿਓ। ਕਾਲੋ ਸਾਹਿਬ ਅਗਲੀ ਟੀਮ ਨੂੰ ਸੱਦਾ ਦੇ ਦਿਓ ਵੀ ਅਗਲੀ ਟੀਮ ਕਿਉਂ ਨਹੀਂ ਪਹੁੰਚੀ। ਇੱਧਰ ਭੰਗੜਾ ਵਾਲਾ ਵੀ ਕਹਿੰਦੇ ਗਰਾਊਂਡ ਦੇ ਵਿੱਚ ਐਂਟਰੀ ਕਰ ਚੁੱਕਾ ਹੈ, ਇਹ ਮੇਰੇ ਮਿੱਤਰੋ ਅੰਮ੍ਰਿਤ ਹੈ ਭੰਗੜਾ ਵਾਲਾ, ਤੇ ਸਾਹਮਣੇ ਰੇਡ ਕਹਿੰਦੇ ਰੋਹਿਤ ਦੀ, ਤੇ ਕਹਿੰਦੇ ਜੈਜੀ ਕਹਿੰਦੇ ਕਰਦਾ ਕੋਸ਼ਿਸ਼, ਪਰ ਰੋਹਿਤ ਵੀ ਕਹਿੰਦੇ ਨਵਾਂ ਖੂਨ ਹੈ ਤੇ ਸਾਸੇ ਦੀ ਨਵਾਂ ਖਿਡਾਰੀ ਹੈ। ਤਾਈ ਦੀ ਕਹਿੰਦੇ ਪਾਈ ਹੋਈ ਰੇਡ ਮੇਰੇ ਮਿੱਤਰੋ, ਇੱਧਰ ਭੈਣ ਸਾਹਿਬ ਵੀ ਇਹਨਾਂ ਦਾ ਵੀ ਵੱਡਾ ਸਹਿਯੋਗ ਹੈ ਰਕੇਸ਼ ਭਾਈ ਜੀ। ਸੋ 15 ਦਿਨਾਂ ਤੱਕ ਬੈਂਸ ਮਾਰਕੀਟ ਦੀ ਓਪਨਿੰਗ ਵੀ ਕਹਿੰਦੇ ਐਨੋ ਫੀਤੇ ਹੋ ਰਹੀ ਹੈ, ਬੈਂਸ ਭਰਾਵਾਂ ਵੱਲੋਂ ਕਹਿੰਦੇ ਬੱਬੂ ਬੈਂਸ ਦੇ ਰਕੇਸ਼ ਬੈਂਸ ਕੋਲਮੋ ਟਰੈਵਲ ਵਾਲੇ, ਬੈਂਸ ਮਾਰਕੀਟ ਸੀਮਾ ਧਾਰੀ ਵਾਲਿਆਂ ਵੱਲੋਂ ਕਹਿੰਦੇ ਇੱਕ ਹੋਰ ਕਹਿੰਦੇ
एक शॉप कहते इतने खोली जानी है, उधर कहते डेप्टी है ते कहते जयपाल है, पर कहते जयपाल प्यार दे नाल इन्हां नूं तुसीं आउण वाले समय दे विच खड़ा के खड़ा के इन्हां नूं तुसीं ट्रेन करना है। ये जयपाल कहते हुणे इंडिया तो दूजा मैच कहते खेल रहा है, तो सामने कहते फौजी है, फौजी ने कहते पाई रेड, तो फौजी ने कहते एक तगड़े अंक का वाधा किया अपनी टीम के लिए। अगली रेड पाने लिए मेरे मित्रों ये आ रोहित, कहते रोहित माई ठिंडिया वाला है, ठिंडिया वाला कहते रोहित है, उधर सामने सीधा हिक च जाके बजे वह भी सामने कहते मुंडा भी नवा रोल है, पर पॉइंट कहते रोहित अपनी टीम के लिए जोड़ता होया। तो अगली रेड पाने लिए कहते लैंबर कहते सातू नंगली है मेरे मित्रों, जिन्हों रब ने कहते दो पुत्रा की दात दी है, तो कहता आने वाले समय के कबड्डी के सुपर स्टार धरंधर खिलाड़ी बनाना। इधर साढ़े दलजीत मैस भी मैचा का आनंद माणते, साडे वीर उन्होंने भी बड़ा धन्यवाद है, जिन्हों का कहते मनजोत कल चहेता खिलाड़ी है वह भी साडे वीर पूजे है। उधर कहते मेरे मित्रों ये कहते जसवेश कबड्डी क्लब का गभरू नौजवान, तो इधर कहते लैंबर एक तगड़े अंक का वाधा करता अपनी टीम के लिए। तो अगली रेड पाने लिए है मेरे मित्रों लवप्रीत, कहते लवरो कहते लवरो कहते हैं, उधर साडा वीर मंगा भी कहते पुजा है वह भी मसीबत धारी तो वह भी मैचा लाइव मारना है, तो सारे वीरों का धन्यवाद है। एक कहते जैजी कहते कहते धौन से रखा हुआ हाथ तो लगता हाँ जो कोई नहीं बल्ले 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 पॉइंट ये रेफरी दसेंगे पॉइंट का जो फैसला साढ़े जसवीर शाफर बराबर पॉइंट कहते जरा पॉइंट जरा कहते चाची का है पॉइंट कहते चाची का है। ला जी इधर मान साहब नूमी मान जी वो भी पुज गए ने, इधर रणजोत नागरा भी ते संदीप नद्दर की तो गल ही वक्री है, तो संदीप की भी गल वक्री है, कि दोनों सारे कविता कहते माल वो भी पहुँच गया। तो दूजी टीम को बेनती करते हैं कि मंगाड़ा स्पोर्ट्स क्लब की टीम वो भी पुज जाए, तो सारे ही वीर सारे ही भरावान का जिन्हें भी दूरों ने इतने पहुंचे सो एक बारी तो फिर धन्यवाद। अरे बार साहब भूमा बाट गलीविया तो भी वह भी पुजा है, होर जिन्हें भीर साढ़े मंगा ये मंगा भी पढ़ाई आ कहते वह भी पुजा है, तो सारे वीरों का धन्यवाद है। और जिन्हें भी दूरों ने साढ़े को कहते बिक्की का कहते बाबा कहते मंगा वह भी कहते अच्छे मैचे भांजे को देखने लिए कहते विशेष तौर पर पुजा है, सो सारे वीरों का धन्यवाद। मैप जी समाप्ति और मैच से साडे वर्ल्ड ट्रैवल वाले बाली साहब उन्होंने बोलना तो खुश होकर मान सम्मान भेजते धनबाद। इधर नवदेव सिंह खेरा जी और जिन्हें भी साढ़े सुखविंदर सिंह संधू प्रबंधक कमेटी के मैंबर सेवा सिंह सोता जी करण शर्मा जी सेवा सिंह हाँ जी जो मैच हो गया सरबंध का भला करी वाई पॉइंट दशमेश कबड्डी क्लब मैराथन के साढ़े दस पॉइंट सरबंध का भला करी टीम जेतू। अगला मैच जरा वो आजाद कबड्डी क्लब सीमा धारी वास मघारा कबड्डी क्लब के विकास हो जा रहा है।